ਸਭ ਤੋਂ ਪਹਿਲੇ ਅਸੀਂ ਨਜ਼ਮ ਪੇਸ਼ ਕਰਨ ਲਈ ਬੁਲਾਵਾਂਗੇ ਜਨਾਬ ਅਦੀਲ ਗੋਰੀ ਸਾਹਿਬ ਨੂੰ ਕਿ ਉਹ ਆਉਣ ਅਤੇ ਆਪਣੀ ਨਜ਼ਮ ਪੇਸ਼ ਕਰਨ। ਤੁਹਾਡੀ ਭਰਪੂਰ ਤਾਲੀਆਂ 'ਚ ਅਦੀਲ ਗੋਰੀ ਸਾਹਿਬ। ਤਾਲੀਆਂ 'ਚ ਆਵਾਜ਼ ਨਹੀਂ ਆ ਰਹੀ। ਇਹਨਾਂ ਦੀ ਸ਼ਾਨ 'ਚ ਮੈਂ ਇੱਕ ਸ਼ੇਅਰ ਅਰਜ਼ ਕਰਨਾ ਚਾਹਾਂਗਾ, ਜਿਨ੍ਹਾਂ ਨੇ ਖੁਦ ਕਿਹਾ ਹੈ ਕਿ ਸੂਰਜ ਨਾ ਹੁੰਦਾ ਅਤੇ ਬਾਰਿਸ਼ ਨਾ ਹੁੰਦੀ, ਸੂਰਜ ਨਾ ਹੁੰਦਾ ਅਤੇ ਬਾਰਿਸ਼ ਨਾ ਹੁੰਦੀ, ਮੈਂ ਨਾ ਹੁੰਦਾ ਅਤੇ ਖਾਰਿਸ਼ ਨਾ ਹੁੰਦੀ। ਵਾਹ ਖਾਲਸਾ ਵਾਹ। ਪੋ ਨਾ ਹੁੰਦਾ ਤੇ ਪਾਲੋ ਨਾ ਹੁੰਦੀ। ਵਾਹ ਵਾਹ ਵਾਹ। ਪੋ ਨਾ ਹੁੰਦਾ ਤੇ ਪਾਲੋ ਨਾ ਹੁੰਦੀ, ਗੋਰੀ ਨਾ ਹੁੰਦਾ ਤੇ ਕਾਲੋ ਨਾ ਹੁੰਦੀ। ਵਾਹ ਕਾਲੋ ਵਾਹ। ਮੇਰੀ ਮੁਜ਼ਾਹਰਾ ਨਜ਼ਮ ਕਾ ਅਨਵਾਨ ਹੈ, ਮੇਰੀ ਕਾਲੋ ਸੋਹਣੀ ਹੋ ਜਾਵੇ। ਕਿਆ ਹੀ ਬਾਤ। ਮੇਰੀ ਤਰਫ ਸਾਰੇ ਤਮਾਮ ਮਹਿਮਾਨ ਕੋ ਸਲਾਮ ਜੀ। ਜੇ ਕੋਈ ਅਨਹੋਣੀ ਹੋ ਜਾਵੇ, ਜੇ ਕੋਈ ਅਨਹੋਣੀ ਹੋ ਜਾਵੇ, ਮੇਰੀ ਕਾਲੋ ਸੋਹਣੀ ਹੋ ਜਾਵੇ। ਜੇ ਕੋਈ ਅਨਹੋਣੀ ਹੋ ਜਾਵੇ, ਮੇਰੀ ਕਾਲੋ ਸੋਹਣੀ ਹੋ ਜਾਵੇ, ਮੈਂ ਲਾਈਆਂ ਅੰਤ ਸਕੀਮਾਂ ਨੇ, ਮੈਂ ਲਾਈਆਂ ਅੰਤ ਸਕੀਮਾਂ ਨੇ, ਕਈ ਕੀਤੀਆਂ ਮਿਕਸ ਕਰੀਮਾਂ ਨੇ। ਜੋ ਦੱਸਿਆ ਮੈਨੂੰ ਲੋਕਾਂ ਨੇ, ਜੋ ਦੱਸਿਆ ਮੈਨੂੰ ਲੋਕਾਂ ਨੇ, ਮੈਂ ਲਿੱਤੀਆਂ ਸਨ ਬਲੋਕਾਂ ਨੇ। ਉਹ ਕਿਤੇ ਅੱਧੀ ਪੌਣੀ ਹੋ ਜਾਵੇ, ਮੇਰੀ ਕਾਲੋ ਸੋਹਣੀ ਹੋ ਜਾਵੇ। ਹੈ ਛਿਲਤਰ ਜਈ ਨਾ ਛੀਲਾ ਏ, ਕਰ ਲਾ ਕੇ ਰੱਖਦੀ ਲੀਲਾ ਏ। ਕਾਲੋ ਵਾਹ। ਹੈ ਛਿਲਤਰ ਜਈ ਨਾ ਛੀਲਾ ਏ, ਕਰ ਲਾ ਕੇ ਰੱਖਦੀ ਲੀਲਾ ਏ। ਅੱਖ ਸੁਰਗੀ ਏ ਰੰਗ ਨੀਲਾ ਏ, ਉਹ ਚਾਹਦਾ ਕੜਕ ਪਤੀਲਾ ਏ। ਉਹ ਕਿਤੇ ਦੁੱਧੀ ਡੋਣੀ ਹੋ ਜਾਵੇ, ਮੇਰੀ ਕਾਲੋ ਸੋਹਣੀ ਹੋ ਜਾਵੇ। ਗੱਲਾਂ ਵੀ ਭੁਜੀਆਂ ਸੜੀਆਂ ਨੇ, ਗੱਲਾਂ ਵੀ ਭੁਜੀਆਂ ਸੜੀਆਂ ਨੇ, ਗੱਲਾਂ ਵੀ ਭੁਜੀਆਂ ਸੜੀਆਂ ਨੇ, ਗੱਲਾਂ ਵੀ ਭੁਜੀਆਂ ਸੜੀਆਂ ਨੇ। ਬਸ ਰੋਸੇ ਨਖਰੇ ਅੜੀਆਂ ਨੇ, ਜਾਂ ਸੁੱਕੀਆਂ ਫੁੱਕੀਆਂ ਤੜੀਆਂ ਨੇ, ਇਹ ਕਾਸ਼ ਸਲੋਣੀ ਹੋ ਜਾਵੇ, ਮੇਰੀ ਕਾਲੋ ਸੋਹਣੀ ਹੋ ਜਾਵੇ। ਕੱਲ ਨੂੰ ਮਿਲਣ ਤੋਂ ਪਹਿਲੇ ਅਸੀਂ ਸੋਚਦੇ ਹੁੰਦੇ ਸਾਂ ਕੋਈ ਮੈਨੂੰ ਵੀ ਪ੍ਰਪੋਜ਼ ਕਰੇ, ਮੈਨੂੰ ਮੈਸੇਜ ਕਾਲਾਂ ਰੋਜ਼ ਕਰੇ। ਕੋਈ ਮੈਨੂੰ ਵੀ ਪ੍ਰਪੋਜ਼ ਕਰੇ, ਮੈਨੂੰ ਮੈਸੇਜ ਕਾਲਾਂ ਰੋਜ਼ ਕਰੇ। ਰੂਹ ਬੁਸਿਆ ਤਾਜ਼ਾ ਹੋ ਜਾਵੇ, ਮੇਰੀ ਵੀ ਕ੍ਰਿਸਮਿਸ ਹੋ ਜਾਵੇ, ਮੇਰੀ ਕਾਲੋ ਸੋਹਣੀ ਹੋ ਜਾਵੇ। ਸ਼ੁਕਰੀਆ ਨਾਜ਼ਰੀਨ। ਇਹ ਸਨ ਜੀ ਅਦੀਲ ਗੋਰੀ ਸਾਹਿਬ, ਜਿਨ੍ਹਾਂ ਨੇ ਆਪਣੀ ਇੱਕ ਮਜ਼ਾਹੀਆ ਨਜ਼ਮ ਪੇਸ਼ ਕੀਤੀ ਹੈ, ਜਿਹਦੇ ਵਿੱਚ ਕਾਲੋ ਨੂੰ ਉਹਨਾਂ ਨੇ ਸੋਹਣਾ ਹੋਣ ਦੇ ਬਾਰੇ ਕਿਹਾ ਹੈ। ਅਤੇ ਹੁਣ ਅਸੀਂ ਜਨਾਬ ਬੁਲਾਵਾਂਗੇ ਦਾਨਿਸ਼ ਅਬਾਸ ਸਾਹਿਬ ਨੂੰ, ਜਿਨ੍ਹਾਂ ਨੇ ਆ ਕੇ ਇਹਨਾਂ ਦੀ ਜਵਾਬੀ ਨਜ਼ਮ ਪੇਸ਼ ਕਰਨੀ ਹੈ। ਇਹਨਾਂ ਨੇ ਫਰਮਾਇਸ਼ ਕੀਤੀ ਹੈ ਕਿ ਉਹ ਆਉਣ ਅਤੇ ਜਵਾਬੀ ਨਜ਼ਮ ਪੇਸ਼ ਕਰਨ। ਤੁਹਾਡੀ ਭਰਪੂਰ ਤਾਲੀਆਂ 'ਚ ਜੋ ਕਿ ਦਾਨਿਸ਼ ਅਬਾਸ ਸਾਹਿਬ ਪੇਸ਼ ਕਰਨਗੇ ਇੱਕ ਨਜ਼ਮ, ਜੋ ਕਿ ਸਬਜ਼ੀ ਮੰਡੀ ਤਸ਼ਰੀਫ ਲਿਆਏ ਨੇ। ਕਰਤਾ ਹੂੰ ਕ੍ਰਿਸਮਿਸ ਪੇ ਬੜਾ ਸੋਚ ਸਮਝ ਕੇ ਖਰਚ, ਕਰਤਾ ਹੂੰ ਕ੍ਰਿਸਮਿਸ ਪੇ ਬੜਾ ਸੋਚ ਸਮਝ ਕੇ ਖਰਚ, ਕਿਉਂਕਿ ਵੇਚਦਾ ਰਹਤਾ ਹੂੰ ਸਾਰਾ ਦਿਨ ਟਮਾਟਰ ਮਰਦ। ਮੇਰੀ ਤਰਫ ਸੇ ਆਏ ਹੋਏ ਤਮਾਮ ਮਹਿਮਾਨੋ ਕੋ ਸਲਾਮ। ਜੈਸਾ ਕਿ ਸ਼ਾਇਰ ਭਾਈ ਨੇ ਅਭੀ ਨਜ਼ਮ ਸੁਣਾਈ ਹੈ ਕਾਲੋ ਕੀ ਸ਼ਾਨ ਮੇ, ਜੋ ਕਿ ਉਨਕੀ ਘਰ ਵਾਲੀ ਹੈ, ਕਾਫੀ ਤੰਗ ਲਗਤੇ ਹੈ ਉਨਸੇ। ਬਹੁਤ ਮਜ਼ਲੂਮ ਹੈ ਇਸ ਸ਼ਹਿਰ ਮੇ, ਬਹੁਤ ਮਜ਼ਲੂਮ ਹੈ ਇਸ ਸ਼ਹਿਰ ਮੇ, ਸ਼ਾਇਰ ਕੀ ਘਰ ਵਾਲੀ, ਬਹੁਤ ਮਜ਼ਲੂਮ ਹੈ ਇਸ ਸ਼ਹਿਰ ਮੇ, ਸ਼ਾਇਰ ਕੀ ਘਰ ਵਾਲੀ, ਮੁਹੱਬਤ ਕੇ ਗਿਜ਼ਾ ਸੇ, ਮੁਹੱਬਤ ਕੀ ਗਿਜ਼ਾ ਸੇ ਅਬ ਤੱਕ ਇਸਕਾ ਹੈ ਪੇਟ ਖਾਲੀ, ਮੁਹੱਬਤ ਕੀ ਗਿਜ਼ਾ ਸੇ ਇਸਕਾ ਅਬ ਤੱਕ ਹੈ ਪੇਟ ਖਾਲੀ। ਯੇ ਗੋਰੀ ਰਾਤ ਕੀ ਤਨਹਾਈਓ ਮੇ, ਗੋਰੀ ਸਾਹਿਬ ਯੇ ਰਾਤ ਕੀ ਤਨਹਾਈਓ ਮੇ ਹੋ ਗਈ ਕਾਲੀ, ਕਰਾਚੀ ਮੇ ਯੇ ਰਹਤੀ ਹੈ ਐਸੀ ਹੈ ਮੀਆਂ ਵਾਲੀ। ਮੋਟਿਆਂ ਤੇ ਕੀ ਹੋਇਆ, ਮੋਟਿਆਂ ਤੇ ਕੀ ਹੋਇਆ, ਇਹੋ ਸਮਝਾਉਂਦੇ ਹਾਂ, ਕਿਸੇ ਦੇ ਪਿਓ ਦੇ ਕੋਲੋਂ ਲੈ ਕੇ ਤੇ ਨਹੀਂ ਖਾਂਦੇ ਹਾਂ। ਸਾਡੇ ਦੇ ਕਈ ਮਤ ਵਾਲੇ ਵੀ ਤੇ ਹੁੰਦੇ ਨੇ, ਉਹ ਸਾਡੇ ਦੇ ਕਈ ਮਤ ਵਾਲੇ ਵੀ ਤੇ ਹੁੰਦੇ ਨੇ, ਉਹ ਕਾਲੇ ਆ ਤੇ ਫੇਰ ਕੀ ਹੋਇਆ, ਕਾਲੇ ਵੀ ਤੇ ਹੁੰਦੇ ਨੇ।
सच पुछो लोकां दियां सोचां उत्ते जाला है, सच पुछो लोकां दियां सोचां उत्ते जाला है, ओ लैला भी ते काली है, बामा भी ते काला है। शुक्रिया, मेहरबानी। एहसान जी, दानिश अब्बास साहब जिन्होंने अदील गौरी साहब की जवाबी नज़म पेश की।